ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਅਸੀਂ ਲਗਾਤਾਰ ਵਿਚਾਰ ਵਟਾਂਦਰਾ ਕਰ ਰਹੇ ਹਾਂ ਜੋ ਹਾਦਸਾ ਵਾਪਰਿਆ 1 ਜੁਲਾਈ ਨੂੰ ਜਲਾਲਾਬਾਦ ਅਫਗਾਨਿਸਤਾਨ ਵਿਖੇ ਔਰ 5 ਸਿੰਘ ਸਾਹਿਬਾਨਾਂ ਦੀ ਦਰਦਨਾਕ ਮੌਤ ਜਾਂ ਫਿਰ ਉਹਨਾਂ ਦੀ ਸ਼ਹਾਦਤ। ਮੇਰੀ ਨਿੱਜੀ ਖੁਆਇਸ਼ ਹੈ ਅਤੇ ਨਾਲ ਹੀ ਸਾਡੀ ਕਮੇਟੀ ਮੈਂਬਰਾਂ ਦੀ ਵੀ ਇਹੀ ਆਰਜ਼ੂ ਰਹੇਗੀ ਜੋ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਲਈ ਜੋ ਇਹਨਾਂ ਦੇ ਪ੍ਰਮੁੱਖ ਸੇਵਾਦਾਰ ਜੋ ਇਹ ਸ਼ਹੀਦ ਹੋਏ ਹਨ ਸਰਦਾਰ ਰਵੇਲ ਸਿੰਘ ਅਤੇ ਸਰਦਾਰ ਅਵਤਾਰ ਸਿੰਘ ਜੀ ਖਾਲਸਾ ਜੀ ਦੀ ਫੋਟੋ ਜੋ ਹੈ ਸਿੱਖ ਅਜਾਇਬ ਘਰ ਜੋ ਸ੍ਰੀ ਦਰਬਾਰ ਸਾਹਿਬ ਵਿੱਚ ਹੈ ਉਹਦੇ ਵਿੱਚ ਲਾਉਣ ਦੀ ਕਿਰਪਾਲਤਾ ਕਰਨ। ਅੱਜ ਹੀ ਮੇਰੀ ਗੱਲ ਹੋਈ ਸੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ, ਉਹਨਾਂ ਨੇ ਵੀ ਇਸ ਖਬਰ ਨੂੰ ਬੜਾ ਖੁਸ਼ੀ ਨਾਲ ਪ੍ਰਵਾਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਵੀ ਇਹ ਗੱਲ ਕਹਾਂਗੇ ਕਿ ਜੋ ਇਹ ਦੋ ਪ੍ਰਮੁੱਖ ਸਿੱਖ ਜੋ ਸ਼ਹੀਦ ਹੋਏ ਹਨ ਅਫਗਾਨਿਸਤਾਨ ਦੀ ਸਿੱਖਾਂ ਦੀ ਰਾਖੀ ਵਾਸਤੇ, ਉੱਥੋਂ ਦੀ ਇਤਿਹਾਸਕ ਗੁਰਦੁਆਰਿਆਂ ਦੀ ਰਾਖੀ ਵਾਸਤੇ, ਉਹਨਾਂ ਦੀ ਜੋ ਦੋ ਫੋਟੋ ਹਨ ਉਹ ਸ੍ਰੀ ਦਰਬਾਰ ਸਾਹਿਬ ਵਿੱਚ ਸਿੱਖ ਅਜਾਇਬ ਘਰ ਵਿੱਚ ਲਗਾਈ ਜਾਵੇ ਤਾਂ ਕਿ ਅਗਲੀ ਨਸਲ ਜੋ ਹੈ ਸਾਡੇ ਅਗਲੇ ਸਿੱਖ ਭਰਾ ਜੋ ਹਨ ਉਹਨਾਂ ਨੂੰ ਪਤਾ ਲੱਗ ਸਕੇ ਕਿ ਅਫਗਾਨਿਸਤਾਨ ਵਿੱਚ ਵੀ ਇੰਨੇ ਸਾਡੇ ਸਿੱਖ ਭਰਾ ਰਹਿੰਦੇ ਸਨ ਅਤੇ ਉਹਨਾਂ ਨੇ ਵੀ ਕੁਰਬਾਨੀਆਂ ਕੀਤੀਆਂ ਹਨ, ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ। ਮੈਂ ਸਮੂਹ ਸਿੱਖ ਭਾਈਚਾਰੇ ਦਾ ਧੰਨਵਾਦ ਕਰਦਾ ਹਾਂ ਜੋ ਸਾਡੀ ਇਸ ਕੰਮ ਦੀ ਘਾੜੀ ਵਿੱਚ ਤਕਰੀਬਨ ਸਾਰੇ ਜਗਤ ਦੇ ਜੋ ਲੀਡਰ ਨੇ, ਕਮੇਟੀਆਂ ਨੇ, ਗੁਰਦੁਆਰਾ ਪ੍ਰਬੰਧਕ ਨੇ, ਜਿੱਥੇ ਵੀ ਹਨ ਥਾਂ ਥਾਂ 'ਤੇ ਉਹਨਾਂ ਨੇ ਇਸ ਸੋਗ ਵਿੱਚ ਹਿੱਸਾ ਪਾਇਆ। ਔਰ ਅੱਜ ਤਕਰੀਬਨ ਜਿੱਥੇ ਵੀ ਅਫਗਾਨੀ ਸਿੱਖ ਦੇ ਰਹਿੰਦੇ ਹਨ ਉਹਨਾਂ ਨੇ ਅਖੰਡ ਪਾਠ ਰੱਖ ਕੇ ਭੋਗ ਪਾਏ ਹਨ ਅਤੇ ਬਹੁਤ ਸਾਰੇ ਲੋਕਾਂ ਨੇ ਸ਼ਮੂਲੀਅਤ ਕੀਤੀ ਹੈ। ਮੈਂ ਉਹਨਾਂ ਦਾ ਨਾਂ ਜ਼ਰੂਰ ਦੱਸਾਂਗਾ ਜਿਹੜੇ ਕਿ ਸ਼ਹੀਦ ਹੋਏ ਨੇ, ਸਰਦਾਰ ਅਵਤਾਰ ਸਿੰਘ, ਸਰਦਾਰ ਰਵੇਲ ਸਿੰਘ, ਸਰਦਾਰ ਸਤਨਾਮ ਸਿੰਘ, ਸਰਦਾਰ ਇੰਦਰਜੀਤ ਸਿੰਘ, ਸਰਦਾਰ ਤਰਨਜੀਤ ਸਿੰਘ, ਸਰਦਾਰ ਮੇਹਰ ਸਿੰਘ ਕਲਾਂਤਰ, ਰਾਜੂ ਸਿੰਘ, ਵਿੱਕੀ ਕੁਮਾਰ, ਅਮਰੀਕ ਸਿੰਘ ਲਖਮਾਨੀ, ਤਰਿੰਦਰ ਸਿੰਘ, ਅਨੂਪ ਸਿੰਘ, ਵੀਰ ਮੁਸਲਮਾਨ ਮੁਸਤਫਾ, ਮਨੀਤ ਸਿੰਘ ਅਤੇ ਬਲਜੀਤ ਸਿੰਘ। ਸ਼ਾਇਦ ਸ਼ਹਾਦਤ ਹੋਰ ਵੀ ਹੋਈ ਹੋਣ ਪਰ ਸਾਨੂੰ ਜੋ ਇਹ ਲਿਸਟ ਮਿਲੀ ਹੈ ਹੁਣ ਤੱਕ ਇਹ ਨਾਮ ਆਏ ਹਨ। ਸੋ ਸਾਡੇ ਵਿੱਚ ਜੋ ਅਫਗਾਨਿਸਤਾਨ ਦੇ ਜਨਰਲ ਕੌਂਸਲ ਕਾਬੁਲ ਤੋਂ ਅਸਮਾਈ ਹਿੰਦੂ ਟੈਂਪਲ, ਬੜੀ ਅਫਸੋਸਨਾਕ ਖਤਰ ਖਬਰ ਹੈ ਜੋ ਇਸ ਤਰ੍ਹਾਂ ਵਾਕਿਆ ਪੇਸ਼ ਹੋਇਆ। ਐਂਡ ਵੀ ਆਰ ਵੈਰੀ ਵੈਰੀ ਸੈਡ, ਦ ਇੰਟਾਇਰ ਕਮਿਊਨਿਟੀ ਇਜ਼ ਵੈਰੀ ਸੈਡ ਅਬਾਊਟ ਇਟ ਐਂਡ ਵੀ ਕੰਡੈਮ ਦਿਸ ਕਾਇੰਡ ਆਫ ਥਿੰਗਸ। ਸੋ ਇਹ ਉਹ ਬੰਦੇ ਜਿਹਨਾਂ ਸਰਦਾਰ ਅਵਤਾਰ ਸਿੰਘ ਜੀ ਜਿਨ੍ਹਾਂ ਨੇ ਕਿ ਪਾਰਲੀਮੈਂਟ ਜਾਣਾ ਸੀ, ਸਰਦਾਰ ਵੇਲ ਸਿੰਘ ਜੀ ਜਿਨ੍ਹਾਂ ਕਿ ਆਪਣੇ ਸਾਡੇ ਪ੍ਰਧਾਨ ਸਨ ਉੱਥੋਂ ਸਿੱਖ ਕਮਿਊਨਿਟੀ ਦੇ, ਔਰ ਹੋਰ ਸੱਜਣ, ਇਹ ਸਾਰੇ ਜਿੰਨੇ ਵੀ ਸਾਡੇ ਉੱਥੇ ਲੀਡਰ ਸਨ ਜਲਾਲਾਬਾਦ ਔਰ ਕਾਬਲ ਤੋਂ ਵੀ, ਇਹ ਸਾਰੇ ਇਕੱਠੇ ਹੋ ਕੇ ਜੋ ਕਿ ਉੱਥੋਂ ਦੇ ਪ੍ਰੈਜੀਡੈਂਟ ਨੂੰ ਮਿਲਣ ਜਾ ਰਹੇ ਸਨ, ਅਤੇ ਇੱਕ ਹਾਦਸੇ ਦੇ ਵਿੱਚ ਜਿਹੜਾ ਕਿ ਉਹਨਾਂ 'ਤੇ ਹਮਲਾ ਕੀਤਾ ਗਿਆ ਔਰ ਇਹ ਸਾਰੇ ਉਸ ਹਾਦਸੇ ਦੇ ਵਿੱਚ ਆਪਣੀ ਜਾਨ ਗੁਆ ਬੈਠੇ। ਸੋ ਅੱਜ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਬੈਠੇ ਹਾਂ। ਸਾਰੇ ਸੱਜਣਾਂ ਦੇ ਵਿਚਾਰ ਦਿੱਤੇ ਨੇ ਅਤੇ ਕੁਛ ਨੇ ਵੀ ਵਿਚਾਰ, ਬੜੀ ਅੱਛੀ ਗੱਲ ਕੀਤੀ ਹੈ ਕਿ ਬਈ ਸੱਚੀ ਗੱਲ ਹੀ ਕੀਤੀ ਹੈ ਕਿ ਗੱਲ ਆਈ ਸਟੇਜ 'ਤੇ ਕੀਤੀ, ਗੱਲ ਕੀਤੀ ਅਤੇ ਚਲੇ ਗਏ। ਐਸੀ ਗੱਲ ਵੀ ਨਹੀਂ ਹੈ। ਮੈਂ ਸਮਝਦਾ ਕਿ ਦੁਨੀਆ ਦੇ ਵਿੱਚ ਜਿੱਥੇ ਵੀ ਅੱਜ ਸਿੱਖ ਬੈਠਾ ਹੋਇਆ, ਜਿੱਥੇ ਕਿਤੇ ਵੀ ਅੱਜ ਇਸ ਦਰਦਨਾਕ ਹਾਦਸੇ ਦਾ ਸਭ ਨੂੰ ਦੁੱਖ ਹੈ। ਇਹ ਨਹੀਂ ਕਿ ਅਸੀਂ ਅਫਗਾਨਿਸਤਾਨ ਨੂੰ ਬਿਲੋਂਗ ਕਰਦੇ ਹਾਂ ਅਤੇ ਹੋਰ ਸਿੱਖਾਂ ਨੂੰ ਦੁੱਖ ਨਹੀਂ। ਇੰਡੀਆ 'ਚ ਕਿੰਨੀ ਇਹਨਾਂ ਨੇ ਆਪਣੇ ਦਿੱਲੀ ਪ੍ਰਬੰਧਕ ਕਮੇਟੀ ਨੇ ਵੀ ਕਿੰਨਾ ਆਪਣਾ ਪ੍ਰਤੀਕਰਮ ਦਿਖਾਇਆ, ਉੱਥੇ ਡਿਮਾਂਡਾਂ ਰੱਖੀਆਂ ਨੇ, ਉਹ ਵੀ ਕੁਛ ਕਰਨ ਨੂੰ ਤਿਆਰ ਨੇ। ਲੇਕਿਨ ਇੱਥੇ ਜੋ ਅਸੀਂ ਕਰ ਸਕਦੇ ਹਾਂ, ਟੋਨੀ ਜੀ ਨੇ ਯੂਨਾਈਟਿਡ ਸਿੱਖ ਵੱਲੋਂ ਇਹਨਾਂ ਨੇ 1-2 ਪੁਆਇੰਟ ਬੜੇ ਅੱਛੇ ਕੀਤੇ ਨੇ। ਹਰਦਿਆਲ ਜੀ ਨਾਲ ਮੇਰੀ ਗੱਲ ਹੋਈ ਸੀ, ਉਹ ਵੀ ਕਹਿੰਦੇ ਕਿ ਅਸੀਂ ਡਿਪਾਰਟਮੈਂਟ ਆਫ ਇਹਨਾਂ ਕੋਲ ਜਾ ਕੇ ਗੱਲ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਅਗਰ ਕੁਛ ਬੰਦੇ ਮਾਈਗ੍ਰੇਨ ਹੋ ਸਕਣ। ਹੁਣ ਜਿਹੜੀ ਅਸਲ ਪ੍ਰੋਬਲਮ ਇਹ ਹੈ ਕਿ ਸਾਡੇ ਕੁਝ ਸਿੱਖ ਭਰਾ ਬਹੁਤ ਘੱਟ ਇੰਡੀਆ ਆ ਕੇ ਵਾਪਸ ਅਫਗਾਨਿਸਤਾਨ ਚਲੇ ਗਏ ਉੱਥੇ ਸੈਟਲ ਹੋਣ ਲਈ, ਕਿਉਂਕਿ ਉਹਨਾਂ ਨੂੰ ਇੰਡੀਆ 'ਚ ਕੋਈ ਸਹਾਰਾ ਨਹੀਂ ਮਿਲਿਆ, ਕੋਈ ਕਿਸੇ ਨੇ ਉਹਨਾਂ ਨੂੰ ਉੱਥੇ ਵੀ ਕੋਈ ਸਪੋਰਟ ਨਹੀਂ ਕੀਤੀ ਅਤੇ ਉਹਨਾਂ ਨੇ ਸਮਝਿਆ ਕਿ ਬਿਹਤਰ ਅਸੀਂ ਉੱਥੇ ਜਾਈਏ। ਲੇਕਿਨ ਇਹ ਪਿਛਲੇ ਜੋ ਕਿ 38 ਈਅਰ ਤੋਂ ਚੱਲ ਰਿਹਾ ਹੈ ਇਹ ਹਾਦਸਾ, ਉੱਥੇ ਇਹ ਪ੍ਰੋਗਰਾਮ ਹੋ ਰਹੇ ਨੇ। ਲੇਕਿਨ ਇਸ ਟਾਈਮ ਜੋ ਸੰਖਿਆ ਆਪਣਾ ਪ੍ਰੋਫੈਸਰ ਜੀ ਨੇ ਦੱਸੀ ਸੀ, ਇਸ ਟਾਈਮ ਸਾਧ ਸੰਗਤ ਜੀ ਉੱਥੇ 1,200 ਤੋਂ ਵੱਧ ਸਾਡੀ ਕਾਉਂਟਿੰਗ ਨਹੀਂ ਹੈਗੀ ਜੇ ਬਾਕੀ ਰਹਿੰਦੀ।
थोड़ी उपर थले हो सकती है। सो वो जो असी कर सकते हैं तो नेजा जी पिछे बैठे हुए हैं, सिक्स इन अमेरिका के को चेयर चेयर ने, और असी भी सोचे इन्हों जे कनैक्शन है डॉक्टर अमरजीत सिंह जी बैठे ने, इन्होंने भी कनैक्शन है, जी जी संस्था के है, असी इतने कोशिश करा कि असी अगर उन्होंने माइग्रेट कर सकी अमेरिका। जी साड़ी संगत बैठी है लंडन, मेरी अज भी उन्होंने गल हुई है, वो प्राइम मिनिस्टर अजकल मिलन वाले ने उतों के प्राइम मिनिस्टर कि भी जोड़े साढ़े उत्तर 1200 बंदे बैठे ने उन्होंने रिफ्यूजी स्टेटस इतने दिता जाए इंग्लैंड। मैं समझना कि कैनेडा जोड़ा है इस टाइम सब तो बेस्ट जगह है जिते कैनेडा 25,000 सीरिया के लोगों को अगर एक्सैप्ट कर सकता है तो अफगानिस्तान के 1200 सिखा क्यों नहीं करेगा। सो उत्थे जेदे कनैक्शन है गलबात की जानी चाहिए है। सो इंग्लैंड वाले कोशिश कर रहे हैं, असं इतों कोशिश करा, अस हूँ सोते बैठन की गल नहीं रह गई जी, क्योंकि असं समझते हैं साड़ी जी सिख लीडरशिप उत्थे सी वो मेन खत्म हो चुकी है। ठीक है, नवे बच्चे आएंगे उन्होंने टाइम लगेगा उत्थे पहुँचण लई, इस तो टाइम लगेगा, सो ता वो अपनी गल नूं अगे करके अगे लिजा सकणगे। सो इत्थे असं जिन्ने भी बैठे हाँ असं अपनी कोशिश करांगे वध तो वध अपना हो सके एक वफद भेजांगे। गुलाटी साहब नाल गल हो रही सी, इन्होंने कहा कि अगर कोई वफद जाता होगा तो मैं सब तो पहला बंदा जाने वाला होवांगा। सो यह नहीं हर बंदा जाने को तैयार है, कुछ करने को तैयार है। एक होर क्वेश्चन सानू उत्थे जाके देखना पड़ेगा कि वो लोग आना भी चाहते हैं कि नहीं। ये प्रैक्टिकली जिंदगी की तुहानू गल दस रहा मैं, तो कुछ लोगों के बिजनेस इन्ने अच्छे ने समझते हैं शायद असं इतने ही रहना है, सो लैट दैम लीव देयर, क्योंकि साढ़े गुरु घर भी है, उन्होंने संभाल भी है, मेरा ख्याल एक रल मिल के चलेगा। हाँ वो लोग जिस तरह हमने इन्होंने दसाया कि सरदार अपना रवेल सिंह जी बड़े अच्छे बिजनेसमैन सन, उतार सिंह जी जिन्हों का बड़ा वड्डा परिवार से, उन्होंने परिवार के 7 बंदे पहले शहीद हो चुके हैं इन्हें इदा दटनावान, लेकिन वो फिर भी उत्थे टिके रहे। और उन्होंने यह सगा कि पार्लीमेंट जाके ना मैं सिख मैं उन्होंने पढ़िया है फिर हूँ जाके इंटरनेट से जाके सिर्फ सिखा ले नहीं, वो कहते मैं गरीब मुसलमान की भी हैल्प कराँगा जिन्हें कोई हैल्प नहीं करता, इतने अच्छे विचार सन उन्होंने। सो गुरु का हुक्म कि जो आया सो चल सी, सब को आई वारी इन्हों भरावान इकट्ठे जाना से इन्हों ने चले गए हैं, पर असं यह देखा कि जेडे उतों आना चाहते हैं। मैं गुलाटी साहब मैं संगत सामने प्रोमिस कर रहा अपने तनेजा जी बैठे हुए हैं, असं अपना पूरा टाइम इस पास देवे, हूँ सिर्फ गल् नहीं करा। हाँ टाइम और गुरु नानक दरबार की कमेटी इन्होंने भी अंदर बैठे सन, कहते भी असं वो जो असी हो सकेगा असं करा रल मिल के सारे। सो असी ताडे सारे ट्राई स्टेट की अपने सिख गुरुद्वार साथ लैके सारा की हैल्प लैके असी कमेटी बना के जो भी होएगा तुहानू इतला दी जाएगी तो वो मुताबक असी यह काम किया जाएगा। हाँ एक चीज़ प्रधान साहब ना मेरी गल हो रही थी वो कन्फर्म करे कि इस तरह के मौकों पर कुछ संस्थावां फंड इकट्ठे करने की कोशिश कर दी ने, असी तो स्टेज तो अज ऐलान कर रहे हैं जस पंजाबी टीवी पर अपना TV 84 पर कोई भी संस्था अगर कोई फंड मंगे इस बारे उस तो कोई भी फंड ना दिता जाए, ये रिक्वेस्ट है साड़ी, क्योंकि इस तरह के मौके पर कुछ बंदे नजायज फायदा उठा के, क्योंकि संगतों के दिल दुखी ने। मैं हूँ रिक्वेस्ट करा कि हर बंदा 100-100 भी देवे तो $500 इकट्ठा कर लवेंगे, नो सानू जिस टाइम जरूरत होएगी असी संगत अगे एक रीज़न रखा, हाँ बई हाँ उत्थे गरीब परिवार जो पासपोर्ट नहीं ला सकते, हमने किसी भरा ने कहा बई उन्हां कोल पासपोर्ट के पैसे है नहीं, है नहीं अपने इंडिया आने के पैसे है नहीं, मैं लगता मैं टाइम ज़्यादा लै गया। सो उन्होंने वास्ते असी हैल्प करांगे, गुरु नानक दरबार की कमेटी के सारे मैंबर इकट्ठे होकर सारे सिख गुरुद्वार की हैल्प लैके सारे वीर की असी ये करके ये प्रोग्राम करके बड़ी छेती दसांगे, तो जिदा ही सानू इनफॉर्मेशन मिलती है उस मुताबक असी काम करांगे। सो दस इन्हां लफ्ज़ां दे नाल ही धन्यवाद दिया, मैं लगता मैं 2 मिनट तो ज़्यादा टाइम लै गया, टाइम बड़ा चाहिए पर संगत बड़े चिर की बैठी हुई है। सो दस खिमें जा चुका है जी, उन्हां शहीदों नूं श्रद्धांजलि जिन्हां ने कौम लई अपनियां शहादतां दित्तियां अपनियां जानां गवाईयां ने, क्योंकि शहादत कह रहे हैं वो गुरुद्वारियां की सेवा संभाल ली उत्थे रुके सन परिवार, वो शहीद होए ने सिख कौम लई। सो उन्होंने लख लख प्रणाम है, गुरु साहब कृपा करे उन्होंने अपने चरणों नवाज बख्शे जी। वाहेगुरू जी का खालसा वाहेगुरू जी। तो एदा निचोड़ संगत ने खुद आप कटिया,
ਤੁਸੀਂ ਵੇਖਿਆ ਸੰਗਤ ਨੇ ਆਪਣੇ ਆਪ ਕਿਹਾ, ਉੱਥੇ ਮੌਜੂਦ ਸਿੱਖ ਬੁੱਧੀਜੀਵੀਆਂ ਨੇ ਕਿਹਾ, ਉੱਥੇ ਮੌਜੂਦ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਕਿਹਾ ਕਿ ਇਹ ਇਹਨਾਂ ਦੀ ਸ਼ਹਾਦਤ ਹੈ, ਉਹ ਸ਼ਹਾਦਤ ਹੀ ਨਹੀਂ ਬਲਕਿ ਇਹ ਲਸਾਨੀ ਸ਼ਹਾਦਤ ਹੈ ਜੋ ਇਹਨਾਂ ਨੇ ਸਿੱਖ ਕੌਮ ਦੇ ਲਈ ਕੀਤੀ। ਅੱਜ ਸਾਰੇ ਪ੍ਰਬੰਧਕ ਇੱਥੇ ਮੌਜੂਦ ਨੇ, ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਸਾਰੇ ਬੁੱਧੀਜੀਵੀ ਸਾਨੂੰ ਇੱਕ ਹੀ ਪ੍ਰਤੀਕਿਰਿਆ ਦੇ ਰਹੇ ਨੇ ਕਿ ਇਹ ਲਸਾਨੀ ਸ਼ਹਾਦਤ ਪੂਰੇ ਸਮੁੱਚੇ ਜਗਤ ਦੇ ਵਿੱਚ ਮਨਾਈ ਜਾਏਗੀ। ਔਰ ਜਿਸ ਤਰੀਕੇ ਨਾਲ ਗੁਰਦੁਆਰਾ ਨਾਨਕਸਰ ਹਿਕਸਵਿਲ ਦੇ ਵਿਖੇ ਮਨਾਈ ਗਈ ਹੈ, ਅਪੀਲ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਕਿ ਇਹ ਪੂਰੇ ਭਾਰਤ ਦੇ ਵਿੱਚ, ਅਫਗਾਨਿਸਤਾਨ ਦੇ ਵਿੱਚ, ਪਾਕਿਸਤਾਨ ਦੇ ਵਿੱਚ, ਜਿੱਥੇ ਜਿੱਥੇ ਸਿੱਖ ਵੱਸਦਾ ਉੱਥੇ ਮਨਾਈ ਜਾਏ। ਔਰ ਇੱਕਜੁੱਟ ਹੋਣ ਦੀ ਲੋੜ ਹੈ ਤਾਂ ਕਿ ਜਿਹੜਾ ਪਰਿਵਾਰ ਔਰ ਜਿਹੜੇ ਲੋਕ, ਜਿਹੜਾ ਸਿੱਖ ਭਾਈਚਾਰਾ, ਹਿੰਦੂ ਭਾਈਚਾਰਾ ਘੱਟ ਗਿਣਤੀ ਜੋ ਕਿ ਇਸ ਟਾਈਮ ਅਫਗਾਨਿਸਤਾਨ ਦੇ ਵਿੱਚ ਮੌਜੂਦ ਹੈ, ਉਹਨਾਂ ਨੂੰ ਪੂਰਾ ਯੋਗਦਾਨ ਮਿਲ ਸਕੇ, ਸਹਿਯੋਗ ਮਿਲ ਸਕੇ। ਇਸੇ ਨੂੰ ਲੈ ਕੇ ਅੱਜ ਪੂਰੀ ਪ੍ਰਬੰਧਕਾਂ ਨੇ ਵੀ ਇਹੀ ਅਪੀਲ ਕੀਤੀ, ਇੱਥੇ ਆਏ ਕੌਂਸਲਟ ਜਨਰਲ ਨੇ ਵੀ ਇਹੀ ਅਪੀਲ ਕੀਤੀ, ਕਿਹਾ ਕਿ ਅਸੀਂ ਉਹਨਾਂ ਨੂੰ ਸਲਾਮ ਕਰਦੇ ਹਾਂ, ਉਹਨਾਂ ਦੀ ਸ਼ਹਾਦਤ ਨੂੰ ਅਸੀਂ ਜ਼ਿੰਦਗੀ ਭਰ ਯਾਦ ਰੱਖਾਂਗੇ। ਮੈਂ ਸੀਗਾ ਹਰਕੀਰਤ ਸਿੰਘ ਆਹਲੂਵਾਲੀਆ, ਜਸ ਪੰਜਾਬੀ ਲਈ ਬਹੁਤ ਬਹੁਤ ਧੰਨਵਾਦ।